ਅੱਜ ਤੁਹਾਨੂੰ ਸਿਖਾਊਂਗਾ ਮੈਂ ਆਪਾਂ ਆਪਣੇ ਘਰ ਦੇ ਵਿੱਚ ਰੈਸਟੋਰੈਂਟ ਸਟਾਈਲ ਜਾਂ ਹੋਟਲ ਸਟਾਈਲ ਗੋਭੀ ਆਪਾਂ ਕਿਸ ਤਰ੍ਹਾਂ ਬਣਾ ਸਕਦੇ ਹਾਂ। ਤੁਸੀਂ ਦੇਖ ਸਕਦੇ ਹੋ ਜੋ ਗੋਭੀ ਦੇ ਫੁੱਲ ਨੇ ਐਨ ਖੜਵੇਂ ਖੜਵੇਂ ਜਿਹੇ ਨੇ ਜਿਸ ਤਰ੍ਹਾਂ ਤੁਸੀਂ ਰੈਸਟੋਰੈਂਟ ਜਾਂ ਹੋਟਲਾਂ 'ਚ ਖਾਂਦੇ ਹੋ। ਅੱਜ ਤੁਹਾਨੂੰ ਮੈਂ ਇਹੀ ਸਟਾਈਲ ਦੱਸੂੰਗਾ ਆਪਾਂ ਘਰ ਦੇ ਵਿੱਚ ਇਹ ਗੋਭੀ ਕਿਸ ਤਰ੍ਹਾਂ ਬਣਾ ਸਕਦੇ ਹਾਂ। ਚਲੋ ਜੀ ਕਰਦੇ ਹਾਂ ਸ਼ੁਰੂ, ਫਿਰ ਆਪਾਂ ਆਪਣੇ ਘਰ ਦੇ ਵਿੱਚ ਰੈਸਟੋਰੈਂਟ ਸਟਾਈਲ ਜਾਂ ਹੋਟਲ ਸਟਾਈਲ ਗੋਭੀ ਕਿਸ ਤਰ੍ਹਾਂ ਬਣਾਵਾਂਗੇ। ਰੈਸਟੋਰੈਂਟ ਸਟਾਈਲ ਗੋਭੀ ਬਣਾਉਣ ਵਾਸਤੇ ਜੋ ਸਮਾਨ ਲਿੱਤਾ ਉਹ ਤੁਹਾਨੂੰ ਮੈਂ ਦੱਸਦਾ। ਮੈਂ ਇੱਕ ਵੱਡਾ ਫੁੱਲ ਗੋਭੀ ਦਾ ਲਿੱਤਾ, ਆ ਤੁਸੀਂ ਦੇਖ ਸਕਦੇ ਹੋ ਉਸਦੇ ਵੱਡੇ ਵੱਡੇ ਪੀਸ ਕਰ ਲੈਣੇ ਇਸ ਤਰ੍ਹਾਂ। ਮੈਂ ਗਰਮ ਮਸਾਲਾ ਲਿੱਤਾ, ਨੂਣ ਲਿੱਤਾ, ਹਲਦੀ, ਜੀਰਾ, ਹਰੀ ਮਿਰਚ, ਅਦਰਕ ਅਤੇ ਲਸਣ ਦਾ ਇਕੱਠਾ ਪੇਸਟ ਬਣਾ ਲਿਆ। ਤੁਸੀਂ ਅਲੱਗ ਅਲੱਗ ਵੀ ਬਣਾ ਸਕਦੇ ਹੋ, ਮੈਂ ਤਿੰਨਾਂ ਚੀਜ਼ਾਂ ਦਾ ਇਕੱਠਾ ਪੇਸਟ ਬਣਾ ਲਿਆ। ਦੋ ਟਮਾਟਰ ਲਿੱਤੇ ਨੇ ਅਤੇ ਦੋ ਹੀ ਮੈਂ ਪਿਆਜ਼ ਲਿੱਤੇ ਨੇ। ਆ ਤੁਸੀਂ ਦੇਖ ਸਕਦੇ ਹੋ ਜੋ ਜੋ ਸਮਾਨ ਲਿੱਤਾ ਮੈਂ ਗੋਭੀ ਬਣਾਉਣ ਵਾਸਤੇ। ਤੁਸੀਂ ਇੱਕ ਪਤੀਲਾ ਲੈਣਾ, ਉਸਦੇ ਵਿੱਚ ਇੰਨਾ ਕੁ ਪਾਣੀ ਪਾ ਲੈਣਾ ਜਿਸ ਦੇ ਵਿੱਚ ਆਪਣੇ ਫੁੱਲ ਸਾਰੇ ਡੁੱਬ ਸਕਣ। ਉਸਦੇ ਵਿੱਚ ਆਪਾਂ ਨੇ ਥੋੜ੍ਹੀ ਜਿਹੀ ਹਲਦੀ ਪਾ ਲੈਣੀ ਹੈ, ਅੱਧਾ ਕੁ ਚਮਚਾ ਲੂਣ ਦਾ ਪਾ ਲੈਣਾ। ਫਿਰ ਆਪਾਂ ਇਸ ਦੇ ਵਿੱਚ ਆ ਗੋਭੀ ਪਾ ਲੈਣੀ ਹੈ। ਆ ਤੁਸੀਂ ਦੇਖ ਸਕਦੇ ਹੋ ਮੈਂ ਉਹ ਸਾਰੇ ਫੁੱਲ ਇਸ ਦੇ ਵਿੱਚ ਤਾਂ ਪਾ ਲਏ ਨੇ। ਹੁਣ ਤੁਸੀਂ ਇਸ ਨੂੰ 4 ਤੋਂ 5 ਮਿੰਟਾਂ ਚੰਗੀ ਤਰ੍ਹਾਂ ਉਬਾਲੀ ਦੇਣੀ ਇਸ ਨੂੰ, ਜਦ ਤੱਕ ਐਨ ਪੂਰੀ ਨਰਮ ਨਹੀਂ ਹੋ ਜਾਂਦੀ। ਠੀਕ ਹੈ ਜੀ, ਆ ਤੁਸੀਂ ਦੇਖ ਸਕਦੇ ਹੋ ਇਸ ਨੂੰ ਉਬਾਲੀ ਆ ਰਹੀ ਹੈ ਅਤੇ ਇਸ ਨੂੰ ਤੁਸੀਂ ਇੰਨੀ ਕੁ ਉਬਾਲੀ ਦੇਣੀ ਵੀ ਐਨ ਪੂਰਾ ਨਰਮ ਹੋ ਜਾਵੇ ਆਪਣੇ। ਠੀਕ ਹੈ ਜੀ, ਫੁੱਲ ਆਪਣੇ ਮੈਂ 4-5 ਮਿੰਟ ਤੁਸੀਂ ਇਸ ਨੂੰ ਉਬਾਲੀ ਦੇਣੀ ਹੈ ਅਤੇ ਫਿਰ ਇਸ ਦਾ ਆਪਾਂ ਪਾਣੀ ਕੱਢ ਦੇਵਾਂਗੇ। ਇਹ ਤੁਹਾਨੂੰ ਮੈਂ ਹੋਰ ਵੀ ਚੀਜ਼ ਦੱਸਣਾ ਚਾਹੁੰਦਾ, ਆ ਜੋ ਪਾਣੀ ਹੈ ਤੁਸੀਂ ਇਸ ਨੂੰ ਬਾਅਦ ਵਿੱਚ ਵੀ ਯੂਜ਼ ਕਰ ਸਕਦੇ ਹੋ। ਜਿਸ ਤਰ੍ਹਾਂ ਤੁਸੀਂ ਘਰ ਦੇ ਵਿੱਚ ਕਦੇ ਜਾਂ ਦਾਲ ਬਣਾਉਣੀ ਜਾਂ ਕੋਈ ਹੋਰ ਸਬਜ਼ੀ ਬਣਾਉਣੀ ਹੈ ਤੁਸੀਂ ਉਸ ਦੇ ਵਿੱਚ ਇਹ ਪਾਣੀ ਪਾ ਸਕਦੇ ਹੋ। ਠੀਕ ਹੈ ਜੀ, ਇਸ ਪਾਣੀ ਨੂੰ ਵੀ ਤੁਸੀਂ ਯੂਜ਼ ਕਰ ਸਕਦੇ ਹੋ। ਆ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਇਹ ਨਰਮ ਹੋ ਚੁੱਕੇ ਨੇ ਅਤੇ ਹੁਣ ਮੈਂ ਇਹਨਾਂ ਦਾ ਪਾਣੀ ਕੱਢ ਦੂੰਗਾ ਅਤੇ ਗੈਸ ਕਰ ਦੂੰਗਾ ਬੰਦ। ਉਸ ਤੋਂ ਬਾਅਦ ਮੈਂ ਇੱਕ ਪੈਨ ਲਿੱਤਾ, ਪੈਨ ਦੇ ਵਿੱਚ ਕੜਛੀ ਦਾ ਤੀਆ ਕਿ ਹਿੱਸਾ ਮੈਂ ਤੇਲ ਦਾ ਪਾ ਲਿਆ। ਜਦੋਂ ਆਪਣਾ ਤੇਲ ਗਰਮ ਹੋ ਜੂਗਾ ਫਿਰ ਆਪਾਂ ਉਸ ਦੇ ਵਿੱਚ ਜੀਰਾ ਪਾ ਲਵਾਂਗੇ। ਜਦੋਂ ਆਪਣਾ ਜੀਰਾ ਥੋੜ੍ਹਾ ਜਿਹਾ ਭੁੰਨ ਹੋ ਜੂਗਾ ਫਿਰ ਆਪਾਂ ਉਸ ਦੇ ਵਿੱਚ ਪਿਆਜ਼ ਪਾ ਲਵਾਂਗੇ। ਜੋ ਦੋ ਪਿਆਜ਼ ਸੀ ਉਹਨਾਂ ਦਾ ਮੈਂ ਪੇਸਟ ਬਣਾ ਲਿਆ, ਇਸੇ ਤਰ੍ਹਾਂ ਤੁਸੀਂ ਟਮਾਟਰ ਦਾ ਵੀ ਪੇਸਟ ਬਣਾ ਲੈਣਾ ਅਤੇ ਪਿਆਜ਼ ਦਾ ਵੀ ਪੇਸਟ ਬਣਾ ਲੈਣਾ। ਇਸ ਮੈਂ ਫਿਰ ਤੁਸੀਂ ਪਿਆਜ਼ ਨੂੰ ਭੁੰਨਣਾ, ਤਕਰੀਬਨ 2 ਤੋਂ 2.5 ਮਿੰਟ ਤੁਸੀਂ ਇਸ ਤਰ੍ਹਾਂ ਇਸ ਨੂੰ ਇਸ ਦੇ ਵਿੱਚ ਭੁੰਨਣਾ ਤੇਲ ਦੇ ਵਿੱਚ। ਮੈਨੂੰ ਹੁਣ 2 ਤੋਂ 3 ਮਿੰਟ ਹੋ ਚੁੱਕੇ ਨੇ, ਆ ਤੁਸੀਂ ਦੇਖ ਸਕਦੇ ਹੋ ਆਪਣੇ ਪਿਆਜ਼ ਦਾ ਵੀ ਕਲਰ ਥੋੜ੍ਹਾ ਜਿਹਾ ਚੇਂਜ ਹੋ ਚੁੱਕਿਆ। ਫਿਰ ਆਪਾਂ ਇਸ ਦੇ ਵਿੱਚ ਅਦਰਕ ਲਸਣ ਮਿਰਚ ਦਾ ਪੇਸਟ ਪਾ ਦੇਵਾਂਗੇ। ਉਸਨੂੰ ਇਸ ਦੇ ਵਿੱਚ ਮਿਕਸ ਕਰਨਾ ਚੰਗੀ ਤਰ੍ਹਾਂ। ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਹਲਦੀ ਪਾ ਦੇਵਾਂਗੇ। ਹਲਦੀ ਦਾ ਮੈਂ ਇਸ ਦੇ ਵਿੱਚ ਚਮਚੇ ਦਾ ਤੀਆ ਹਿੱਸਾ ਪਾਇਆ। ਮੈਂ ਹਲਦੀ ਤੁਸੀਂ ਥੋੜ੍ਹੀ ਪਾਉਣੀ ਇਸ ਦੇ ਵਿੱਚ, ਮਿਕਸ ਕਰ ਦਾਂਗੇ ਇਸਨੂੰ। ਬਸ ਤੁਸੀਂ ਹਲਦੀ ਨੂੰ 30 ਤੋਂ 40 ਸਕਿੰਟ ਭੁੰਨਣਾ ਇਸ ਦੇ ਵਿੱਚ। ਆ ਜੋ ਉਦੋਂ ਟਮਾਟਰ ਸੀ ਉਹਨਾਂ ਦਾ ਮੈਂ ਪੇਸਟ ਬਣਾ ਲਿਆ, ਇਹ ਵੀ ਆਪਾਂ ਇਸ ਦੇ ਵਿੱਚ ਪਾ ਦੇਵਾਂਗੇ। ਫਿਰ ਆਪਾਂ ਇਸ ਦੇ ਵਿੱਚ ਗਰਮ ਮਸਾਲਾ ਪਾਵਾਂਗੇ। ਗਰਮ ਮਸਾਲੇ ਦਾ ਮੈਂ ਤੀਆ ਖਿੱਸਾ, ਚਮਚੇ ਦਾ ਤੀਆ ਖਿੱਸਾ ਪਾਇਆ। ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ ਲੂਣ ਪਾਵਾਂਗੇ। ਲੂਣ ਥੋੜ੍ਹਾ ਤੁਸੀਂ ਇਸ ਦੇ ਵਿੱਚ ਘੱਟ ਪਾਇਓ, 2 ਕੁ ਮਿੰਟ ਫਿਰ ਭੁੰਨਣਾ ਇਸੇ ਤਰ੍ਹਾਂ। ਠੀਕ ਹੈ ਜੀ, ਫਿਰ ਆਪਾਂ ਇਸ ਦੇ ਵਿੱਚ ਪਾਵਾਂਗੇ ਗੋਭੀ। ਰੈਸਟੋਰੈਂਟ ਵਾਲੇ ਕੀ ਕਰਦੇ ਨੇ, ਇੱਦਾਂ ਤੜਕਾ ਤਿਆਰ ਕਰ ਲੈਂਦੇ ਨੇ ਅਤੇ ਇਸ ਗੋਭੀ ਨੂੰ ਇਸ ਤਰ੍ਹਾਂ ਪਾਣੀ 'ਚ ਉਬਾਲ ਲੈਂਦੇ ਨੇ, ਹਲਦੀ ਪਾ ਕੇ ਥੋੜ੍ਹੀ ਜਿਹੀ। ਜਦੋਂ ਆਪਣੇ ਦੋਨੇ ਚੀਜ਼ਾਂ ਰੇੜੀ ਹੋ ਜਾਂਦੀਆਂ ਨੇ ਅਤੇ ਉਹ ਇਸ ਦੇ ਵਿੱਚ ਮਿਕਸ ਕਰ ਦਿੰਦੇ ਨੇ, ਤਾਂ ਹੀ ਉਹਨਾਂ ਦੀ ਜੋ ਗੋਭੀ ਦੇ ਫੁੱਲ ਹੁੰਦੇ ਹਨ ਖੜੇ ਖੜੇ ਜਿਹੇ ਹੁੰਦੇ ਆ ਆਪਣੇ, ਜੇ ਆਪਾਂ ਘਰ ਦੇ ਵਿੱਚ ਬਣਾਉਂਦੇ ਹਾਂ ਆਪਣੇ ਜੋ ਗੋਭੀ, ਤੁਸੀਂ ਫੁੱਲ ਦੇਖੇ ਵੀ ਜ਼ਿਆਦਾ ਪਿੱਛ ਜਾਂਦੇ ਆ, ਪਰ ਇਹਨਾਂ ਦੇ ਜੋ ਫੁੱਲ ਆ ਇਹ ਪਿੱਛਦੇ ਨਹੀਂ ਹੈਗਾ। ਦੇਖੀ ਮੈਂ ਇਸ ਦੇ ਵਿੱਚ ਮਿਕਸ ਕਰੂੰਗਾ, ਖੜਵੇਂ ਖੜਵੇਂ ਜਿਹੇ ਫੁੱਲ ਰਹਿਣਗੇ ਆਪਣੇ। ਹੁਣ ਮੈਨੂੰ 2 ਮਿੰਟ ਹੋ ਚੁੱਕੇ ਨੇ, ਫਿਰ ਆਪਾਂ ਇਸ ਦੇ ਵਿੱਚ ਆ ਗੋਭੀ ਪਾ ਦੇਵਾਂਗੇ। ਇਸਨੂੰ ਇਸ ਦੇ ਵਿੱਚ ਮਿਕਸ ਕਰ ਦੇਵਾਂਗੇ, ਮਸਾਲੇ ਦੇ ਵਿੱਚ ਰਲਾ ਦੇਵਾਂਗੇ। ਤੁਸੀਂ ਦੇਖ ਸਕਦੇ ਹੋ ਮੈਂ ਇਸਨੂੰ ਚੰਗੀ ਤਰ੍ਹਾਂ ਮਿਕਸ ਕਰਤਾ। ਹੁਣ ਤੁਸੀਂ ਇਸ ਨੂੰ ਮੀਡੀਅਮ ਸੇਕ ਪਰ 1 ਮਿੰਟ ਪਕਾਉਣਾ ਇਸੇ ਤਰ੍ਹਾਂ।
ਹੁਣ ਮੈਨੂੰ ਪੂਰਾ 1 ਮਿੰਟ ਹੋ ਚੁੱਕਿਆ, ਕਿਰਪਾ ਇਸ ਦੇ ਵਿੱਚ ਧਨੀਆ ਪਾ ਦੇਵਾਂਗੇ। ਅਤੇ ਹੁਣ ਤੁਹਾਨੂੰ ਮੈਂ ਸਬਜ਼ੀ ਨੂੰ ਬਾਹਰ ਕੱਢ ਕੇ ਦਿਖਾਉਂਦਾ, ਤੁਸੀਂ ਦੇਖ ਸਕਦੇ ਹੋ ਬਹੁਤ ਰੈਸਟੋਰੈਂਟ 'ਚ ਇਸ ਤਰ੍ਹਾਂ ਹੀ ਗੋਭੀ ਬਣਾਉਂਦੇ ਨੇ। ਅਤੇ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਜ਼ਰੂਰ ਦੱਸਿਓ, ਅਤੇ ਮੇਰੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ। ਮਿਲਦੇ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ। ਜਾਨ ਮਹਲ ਵੀਡੀਓ ਯੂਟਿਊਬ ਚੈਨਲ, ਜਿੱਥੇ ਅਸੀਂ ਆਪਣੀ ਪੰਜਾਬੀ ਬੋਲੀ 'ਚ ਵੀਡੀਓ ਬਣਾ ਕੇ ਪਾਈਆਂ ਹੋਈਆਂ ਨੇ। ਆਹ ਤੁਸੀਂ ਦੇਖ ਸਕਦੇ ਹੋ ਆਪਣੇ ਘਰ ਦੇ ਵਿੱਚ ਤੁਸੀਂ ਮਿਲ ਕੇ ਕਿਸ ਤਰ੍ਹਾਂ ਬਣਾ ਸਕਦੇ ਹੋ, ਜਾਂ ਬੇਸਣ ਦੀ ਬਰਫੀ ਕਿਸ ਤਰ੍ਹਾਂ ਬਣਾ ਸਕਦੇ ਹੋ, ਜਾਂ ਆਪਣੇ ਘਰ ਦੇ ਵਿੱਚ ਪੀਜ਼ਾ ਤਵੇ ਪਰ ਕਿਸ ਤਰ੍ਹਾਂ ਬਣਾ ਸਕਦੇ ਹੋ, ਜਾਂ ਗੁਲਾਬ ਜਾਮਣ ਆਪਣੇ ਘਰ ਦੇ ਵਿੱਚ ਕਿਸ ਤਰ੍ਹਾਂ ਬਣਾ ਸਕਦੇ ਹੋ। ਜੇ ਤੁਹਾਨੂੰ ਫਿਰ ਵੀ ਨਾ ਕੁਝ ਪਤਾ ਲੱਗੇ, ਤੁਸੀਂ ਯੂਟਿਊਬ ਪਰ ਜਾਣਾ, ਸਰਚ ਕਰਨਾ ਜਾਨ ਮਹਲ ਸਪੇਸ ਵੀਡੀਓ, ਇਸ ਨੂੰ ਸਰਚ ਕਰਨਾ, ਜਿੱਥੇ ਤੁਹਾਨੂੰ ਸਾਡਾ ਚੈਨਲ ਖੁੱਲ ਜੂਗਾ। ਜੇ ਤੁਹਾਨੂੰ ਫਿਰ ਵੀ ਨਹੀਂ ਕੁਝ ਪਤਾ ਲੱਗਦਾ, ਸਾਡਾ ਇਸੀ ਨਾਂ 'ਤੇ ਫੇਸਬੁੱਕ ਪੇਜ ਵੀ ਹੈਗਾ, ਆ ਤੁਸੀਂ ਦੇਖ ਸਕਦੇ ਹੋ ਇਸੀ ਨਾਂ 'ਤੇ ਸਾਡਾ ਜਾਨ ਮਹਲ ਵੀਡੀਓ ਨਾਂ ਦਾ ਇੱਕ ਫੇਸਬੁੱਕ ਪੇਜ ਵੀ ਹੈਗਾ, ਜਿੱਥੇ ਤੁਸੀਂ ਸਾਡੇ ਨਾਲ ਲਾਈਵ ਚੈਟ ਕਰ ਸਕਦੇ ਹੋ। ਜੇ ਤੁਹਾਡੇ ਕੋਲ ਕੋਈ ਵੀ ਸਵਾਲ ਹੋਵੇ, ਤੁਸੀਂ ਸਾਨੂੰ ਲਾਈਵ ਚੈਟ ਕਰ ਸਕਦੇ ਹੋ ਇਸ ਪੇਜ ਪਰ ਜਾ ਕੇ।